ਇਸਲੇ ਵੱਡੀ ਖਬਰ ਆ ਰਹੀ ਹੈ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਤੇ ਇਹ ਧਮਕੀ ਦਿੱਤੀ ਗਈ ਹੈ ਤੇ ਬਕਾਇਦਾ ਇੱਕ ਨੰਬਰ ਵੀ ਸਾਹਮਣੇ ਆਇਆ ਹੈ ਜਿਸ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੰਬਰ ਤੋਂ ਫੋਨ ਕਾਲ ਤੇ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸਦੇ ਕਿ ਲੁਧਿਆਣਾ ਤੋਂ ਐਮਪੀ ਨੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸਦੇ ਕਿ ਅਜਨਾਲਾ ਮਾਮਲੇ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਖੁੱਲ੍ਹ ਕੇ ਬੋਲਿਆ ਗਿਆ ਸੀ ਤੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਸੀ ਤੇ ਵਾਪਸ ਆਪਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀ ਵੀ ਕੀਤੀ ਗਈ ਸੀ। ਪਰ ਹੁਣ ਜੋ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਵੱਡੀ ਖਬਰ ਇਸ ਲਈ ਦੀ ਆ ਰਹੀ ਹੈ ਕਿ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਕਾਇਦਾ ਇਹ ਨੰਬਰ ਵੀ ਸਾਹਮਣੇ ਆਇਆ ਹੈ, ਇਸ ਨੰਬਰ ਤੋਂ ਫੋਨ ਕਰਕੇ ਇਹ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਅਜਨਾਲਾ ਮਾਮਲੇ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਖੁੱਲ੍ਹ ਕੇ ਬਿਆਨ ਦਿੱਤੇ ਗਏ ਸੀ ਤੇ ਅੰਮ੍ਰਿਤਪਾਲ ਤੇ ਵੀ ਕਈ ਸ਼ਬਦੀ ਵਾਰ ਕੀਤੇ ਗਏ ਸੀ। ਹਾਲਾਂਕਿ ਉਸ ਤੋਂ ਬਾਅਦ ਅੰਮ੍ਰਿਤਪਾਲ ਦੇ ਵੱਲੋਂ ਵੀ ਜਵਾਬੀ ਸ਼ਬਦੀ ਹਮਲੇ ਕੀਤੇ ਗਏ ਸੀ। ਸੋ ਇੱਕ ਦੂਜੇ ਤੇ ਕਾਫੀ ਆਕਰਾਮਕ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਬਿਆਨਬਾਜ਼ੀਆਂ ਵੀ ਕੀਤੀਆਂ ਗਈਆਂ ਸੀ ਤੇ ਇਸੇ ਦਰਮਿਆਨ ਜਦੋਂ ਅਜਨਾਲਾ ਘਟਨਾ ਹੋਈ ਸੀ ਤੇ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਅੰਮ੍ਰਿਤਪਾਲ ਦੇ ਵੱਲੋਂ ਵੀ ਧਮਕੀ ਭਰੇ ਲਹਿਜ਼ੇ ਦੇ ਵਿੱਚ ਬੋਲਿਆ ਗਿਆ ਸੀ, ਉਹਨਾਂ ਨੂੰ ਜਵਾਬ ਦਿੱਤਾ ਗਿਆ ਸੀ। ਸੋ ਇਸ ਸਭ ਦੇ ਦਰਮਿਆਨ ਤੇ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਐਮਪੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਐਮਪੀ ਨੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਤੇ ਇਹ ਨੰਬਰ ਵੀ ਸਾਹਮਣੇ ਆਇਆ ਹੈ ਤੇ ਕਿਹਾ ਜਾ ਰਿਹਾ ਕਿ ਇਸ ਨੰਬਰ ਤੋਂ ਕਾਲ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਜੋ ਹੈ ਦਿੱਤੀ ਗਈ ਹੈ। ਲੁਧਿਆਣਾ ਤੋਂ ਐਮਪੀ ਨੇ ਰਵਨੀਤ ਸਿੰਘ ਬਿੱਟੂ ਤੇ ਪੂਰ ਅਜਨਾਲਾ ਮਾਮਲੇ ਤੇ ਇਹਨਾਂ ਦੇ ਵੱਲੋਂ ਖੁੱਲ੍ਹ ਕੇ ਬਿਆਨਬਾਜ਼ੀ ਵੀ ਕੀਤੀ ਗਈ ਸੀ ਤੇ ਅੰਮ੍ਰਿਤਪਾਲ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਸੀ। ਜ਼ਰਾ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪੱਤਰਕਾਰ ਹਿੰਮਤ। ਹਿੰਮਤ, ਕੀ ਕੁਝ ਜਾਣਕਾਰੀ ਮਿਲ ਪਾਈ ਹੈ ਰਵਨੀਤ ਸਿੰਘ ਬਿੱਟੂ ਨੂੰ ਜੋ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਕਿਸ ਨੂੰ ਮਿਲੀ ਹੈ ਤੇ ਕਿਵੇਂ ਮਿਲੀ ਹੈ? ਜੀ ਜੋ ਕਿ ਤੁਹਾਨੂੰ ਦੱਸਦੀ ਹੈ, ਲੁਧਿਆਣਾ ਤੋਂ ਮੈਂ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਫੋਨ ਤੇ ਵਟਸਐਪ ਕਾਲ ਕਰਕੇ ਜਿਹੜੀ ਕਿ ਜਾਨੋਂ ਮਾਰਨ ਦੀ ਧਮਕੀ ਹੈ ਉਹ ਦਿੱਤੀ ਗਈ ਹੈ। ਹਾਲਾਂਕਿ ਰਵਨੀਤ ਬਿੱਟੂ ਜੇਕਰ ਗੱਲ ਕਰੀਏ ਤਾਂ ਉਹਨਾਂ ਕੋਲ ਪਹਿਲਾਂ ਹੀ ਵਾਈ ਪਲੱਸ ਜਿਹੜੀ ਕਿ ਸਿਕਿਉਰਿਟੀ ਹੈ ਉਹ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਗਈ ਹੋਈ ਹੈ, ਪਰ ਉਹਨਾਂ ਨੂੰ ਲਗਾਤਾਰ ਕੁਝ ਸਮੇਂ ਦੇ ਬਾਅਦ ਉਹਨਾਂ ਨੂੰ ਧਮਕੀਆਂ ਜਿਹੜੀਆਂ ਨੇ ਕਿਉਂਕਿ ਮਿਲਦੀਆਂ ਰਹਿੰਦੀਆਂ, ਕਿਉਂਕਿ ਅਕਸਰ ਰਵਨੀਤ ਸਿੰਘ ਬਿੱਟੂ ਖਾਲਿਸਤਾਨੀਆਂ ਬਾਰੇ ਜਾਂ ਫਿਰ ਖੜਕੂਆਂ ਬਾਰੇ ਜਾਂ ਫਿਰ ਕੁਝ ਹੋਰ ਲੋਕਾਂ ਦੇ ਬਾਰੇ ਅਕਸਰ ਕੁਝ ਨਾ ਕੁਝ ਜਿਹੜੀ ਕਿ ਬਿਆਨਬਾਜ਼ੀ ਹੈ ਉਹ ਕਰਦੇ ਰਹਿੰਦੇ ਨੇ। ਹਿੰਮਤ, ਪਤਾ ਲੱਗ ਸਕੇ ਕਦੋਂ ਦੀ ਇਹ ਦੱਸੀ ਜਾ ਰਹੀ ਹੈ, ਕਿਸ ਵੇਲੇ ਇਹਨਾਂ ਨੂੰ ਧਮਕੀ ਦਿੱਤੀ ਗਈ? ਇਹ ਕੁਝ ਘੰਟੇ ਪਹਿਲਾਂ ਇਹਨਾਂ ਨੂੰ ਵਟਸਐਪ ਤੇ ਕਾਲ ਆਉਂਦੀ ਹੈ ਤਾਂ ਹੁਣ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਲੁਧਿਆਣਾ ਪੁਲਿਸ ਨੂੰ ਜਿਹੜੀ ਕਿ ਇਹਦੀ ਕੰਪਲੇਂਟ ਹੈ ਉਹ ਦੇ ਦਿੱਤੀ ਗਈ ਹੈ। ਕਿਸ ਨੰਬਰ ਤੋਂ ਕਾਲ ਆਈ ਹੈ, ਕਿੱਥੋਂ ਦਾ ਇਹ ਨੰਬਰ ਦੱਸਿਆ ਜਾ ਰਿਹਾ ਹੈ? ਇਹ ਨੰਬਰ ਹਜੇ ਤੱਕ ਪੁਲਿਸ ਜਿਹੜੀ ਕਿ ਵੈਰੀਫਾਈ ਕਰ ਰਹੀ ਹੈ ਵੀ ਕਿੱਥੋਂ ਦਾ ਨੰਬਰ ਹੈ, ਥੋੜੀ ਦੇਰ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਨੰਬਰ ਹੈ ਕਿੱਥੋਂ ਦੀ ਆਇਆ ਤੇ ਕੀ ਕਿਹਾ ਗਿਆ ਉਹਨਾਂ ਵੱਲੋਂ। ਜੀ, ਕਿਉਂਕਿ ਐਮਪੀ ਨੂੰ ਧਮਕੀ ਮਿਲੀ ਹੈ, ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਵੱਡੀ ਗੱਲ ਹੈ। ਸੋ ਪੁਲਿਸ ਦੇ ਵੱਲੋਂ ਕੋਈ ਅਹਤਿਆਤੀ ਤੌਰ ਤੇ ਕੋਈ ਐਕਸ਼ਨ ਲਿਆ ਗਿਆ ਜਾਂ ਸਿਕਿਉਰਿਟੀ ਦੇ ਵਿੱਚ ਕੋਈ ਵਾਧਾ ਕੀਤਾ ਗਿਆ ਹੋਵੇ? ਜੀ, ਜੋ ਤੁਹਾਨੂੰ ਦੱਸ ਦਈਏ, ਸਿਕਿਉਰਿਟੀ ਨੂੰ ਲੈ ਕੇ ਪਹਿਲਾਂ ਹੀ ਰਵਨੀਤ ਬਿੱਟੂ ਨੂੰ ਜਿਹੜੀ ਕਿ ਵਾਈ ਪਲੱਸ ਸਿਕਿਉਰਿਟੀ ਆ ਦਿੱਤੀ ਗਈ ਹੈ, ਜੈਂਬਰ ਵਾਲੀ ਗੱਡੀ ਉਹਨਾਂ ਦੇ ਨਾਲ ਨਾਲ ਚੱਲਦੀ ਹੈ। ਹੁਣ ਰਵਨੀਤ ਸਿੰਘ ਬਿੱਟੂ ਛੱਤੀਸਗੜ੍ਹ ਦੇ ਵਿੱਚ ਨੇ, ਕਾਂਗਰਸ ਦੇ ਜੋ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਪਹੁੰਚੇ ਹੋਏ ਨੇ ਤੇ ਇਸ ਦੌਰਾਨ ਉਹਨਾਂ ਨੂੰ ਫੋਨ ਤੇ ਵਟਸਐਪ ਕਾਲ ਦੇ ਜ਼ਰੀਏ ਇਹ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਨੂੰ ਸ਼ਿਕਾਇਤ ਵੀ ਉਹਨਾਂ ਦੇ ਵੱਲੋਂ ਦਰਜ ਕਰਵਾ ਦਿੱਤੀ ਗਈ ਹੈ। ਸੋ ਫੋਨ ਕਾਲ ਤੇ ਫੋਨ ਕਰਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਸ਼ਿਕਾਇਤ ਹੁਣ ਦਿੱਤੀ ਗਈ ਹੈ ਪੁਲਿਸ ਨੂੰ। ਫਿਲਹਾਲ ਪੁਲਿਸ ਇਸ ਨੰਬਰ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਐਕਸ਼ਨ ਅਗਲਾ ਲਿਆ ਜਾ ਰਿਹਾ। ਪਰ ਦੱਸ ਦਈਏ ਕਿ ਵੱਡੀ ਖਬਰ ਇਸ ਵੇਲੇ ਦੀ ਇਹ ਆ ਰਹੀ ਹੈ ਕਿ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਲੁਧਿਆਣਾ ਤੋਂ ਐਮਪੀ ਨੇ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਜਨਾਲਾ ਮਾਮਲੇ ਲੈ ਕੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਖੁੱਲ੍ਹ ਕੇ ਜੋ ਹੈ ਬਿਆਨਬਾਜ਼ੀ ਕੀਤੀ ਗਈ ਸੀ ਤੇ ਅੰਮ੍ਰਿਤਪਾਲ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਸੀ।